ਸਤਿ ਸ਼੍ਰੀ ਅਕਾਲ, ਮੈਂ ਜਸਵਿੰਦਰ ਪਾਲ, ਜਾਣੀ ਛਾਣ ਪੰਜਾਬੀ, ਤੁਹਾਡਾ ਸਵਾਗਤ ਹੈ। ਇੱਕ ਤਾਂ ਗੱਲ ਕਰਦੇ ਹਾਂ ਕਿ ਇੱਕ ਤਾਂ ਸਿਰ ਮੁੰਡਵਾਏ, ਹੁਣ ਉੱਪਰੋਂ ਪੈ ਜਾਣ ਔਲੇ, ਤਾਂ ਇਹੋ ਜਿਹੀ ਕਹਾਵਤ ਸਿੱਧ ਹੁੰਦੀ ਆ ਗੁਰਦਾਸਪੁਰ ਦੇ ਨਸ਼ਹਿਰਾ ਪੁਨੂਆ ਵਿੱਚ, ਜਿੱਥੇ ਇੱਕ ਘਰ ਵਿੱਚ ਚੋਰੀ ਹੋ ਗਈ। ਚੋਰਾਂ ਨੇ ਲੱਖਾਂ ਦਾ ਸਮਾਨ ਚੋਰੀ ਕਰ ਲਿਆ, ਅਤੇ ਇਹ ਗੱਲਾਂ ਵੈਸੇ ਆਮ ਨੇ, ਪਰੰਤੂ ਗੱਲ ਜ਼ਰੂਰ ਹੈ ਕਿ ਇਸ ਘਰ ਦੀ ਗੱਲ ਇਸ ਲਈ ਰੋਚਕ ਬਣੀ ਹੋਈ ਹੈ ਕਿਉਂਕਿ ਇਹਦੇ ਵਿੱਚ ਇਹਨਾਂ ਦੀ ਜਿਹੜੀ ਮਾਲਕਣ ਹੈ ਮਨਰਾਜ ਕੌਰ, ਉਹਨਾਂ ਦੇ ਪੋਤਰੇ ਦਾ ਕੁਝ ਦਿਨ ਪਹਿਲਾਂ ਐਕਸੀਡੈਂਟ ਹੋਇਆ ਸੀ। ਪੂਰਾ ਪਰਿਵਾਰ ਹਸਪਤਾਲ 'ਚ ਹੀ ਰਹਿੰਦਾ, ਜਿਸ ਕਰਕੇ ਘਰ ਵਿੱਚ ਤਾਲਾ ਲੱਗਿਆ ਹੀ ਰਹਿੰਦਾ ਸੀ। ਪਰੰਤੂ ਬੀਤੇ ਦਿਨ ਜਦੋਂ ਉਹਨਾਂ ਨੇ ਘਰ ਆ ਕੇ, ਤਾਂ ਉਹਨਾਂ ਦੇ ਹੋਸ਼ ਉੱਡ ਗਏ, ਕਿਉਂਕਿ ਉਹਨਾਂ ਦੇ ਘਰ ਵਿੱਚੋਂ ਲੱਖਾਂ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਅਤੇ ਪੁਲਿਸ ਦੀ ਕਾਰਵਾਈ ਅਤੇ ਪੁਲਿਸ ਦੇ ਜਿਹੜੇ ਦਾਅਵੇ ਕੀਤੇ ਜਾਂਦੇ ਨੇ, ਸ਼ਹਿਰ ਸੁਰੱਖਿਅਤ, ਕਪੂਰਥਲਾ ਮਾਫ ਕਰਨਾ ਗੁਰਦਾਸਪੁਰ ਸੁਰੱਖਿਅਤ ਅਤੇ ਪੰਜਾਬ ਸੁਰੱਖਿਅਤ ਦਾ ਨਾਰਾ ਲਾਉਣ ਵਾਲੀ ਪੁਲਿਸ ਦੇ ਜਿਹੜੇ ਦਾਅਵੇ ਨੇ ਖੋਖਲੇ ਸਿੱਧ ਹੋ ਗਏ, ਕਿਉਂਕਿ ਜਦੋਂ ਮਨਰਾਜ ਕੌਰ ਨੇ ਘਰ ਆ ਕੇ ਵੇਖਿਆ ਤਾਂ ਲੱਖਾਂ ਦਾ ਸਮਾਨ ਚੋਰੀ ਹੋ ਗਿਆ ਸੀ। ਲੱਖਾਂ ਦਾ ਸਮਾਨ ਚੋਰੀ ਹੋਣ ਦੇ ਨਾਲ ਨਾਲ ਉਹਨਾਂ ਨੇ ਦੱਸਿਆ ਕਿ 75,000 ਨਕਦੀ ਸ਼ਾਮਿਲ ਸੀ ਅਤੇ 13 ਤੋਲੇ ਸੋਨਾ ਜੋ ਕਿ ਚੋਰੀ ਹੋ ਗਿਆ। ਫਿਲਹਾਲ ਤੁਹਾਨੂੰ ਦੱਸ ਦਈਏ, ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਪਰ ਪੀੜਤਾਂ ਦਾ ਦਰਦ ਸਿਆ ਨਹੀਂ ਜਾ ਰਿਹਾ, ਕਿਉਂਕਿ ਇੱਕ ਤਾਂ ਪੋਤਰੇ ਦੇ ਸਿਹਤ 'ਤੇ ਇਲਾਜ 'ਤੇ ਖਰਚ ਹੋ ਰਿਹਾ ਪੈਸਾ, ਅਤੇ ਉੱਤੋਂ ਇਹ ਜਿਹੀ ਘਟਨਾ ਵਾਪਰ ਜਾਣ ਦਾ ਦੁੱਖ। ਮਨਰਾਜ ਕੌਰ ਅਤੇ ਰਿਸ਼ਤੇਦਾਰ ਕੁਛ ਇੱਦਾਂ ਕਹਿੰਦੇ ਨੇ। ਮਨਰਾਜ ਕੌਰ ਕਿਹੜਾ ਪਿੰਡ ਹੈ? ਨਸ਼ਹਿਰਾ। ਅੱਜ ਕੀ ਗੱਲ ਹੋਈ ਸਾਰੀ? ਗੱਲ ਹੋਈ ਸਵੇਰੇ 6 ਵਜੇ ਮੈਂ ਆਈ ਨਾ, ਜਦੋਂ ਸਾਰੇ ਤਾਲੇ ਖੁੱਲ੍ਹੇ, ਜਦੋਂ ਮੈਂ ਵੇਖਿਆ ਤਾਂ ਸਾਰੇ ਖਿਲਾਰੇ ਪਏ, ਅਤੇ LCD ਵੇਖਿਆ, LCD ਵੀ ਨਹੀਂ। ਮੈਨੂੰ ਨਾ ਕੋਈ 25,000 ਦੀ ਮੈਂ ਗਾਈ ਵੇਚੀ, ਅਤੇ 50,000 ਮੈਨੂੰ ਉਹ ਧਿਆਨ ਦਾ ਮੁੰਡਾ ਲਾਡੀ ਦੇ ਗਿਆ ਸੀ। ਮੈਂ ਉਹ ਲੋਕਰ 'ਚ ਪਾ ਕੇ ਨਾ 50,000 ਰੱਖ ਗਈ, ਅਤੇ ਮੁੜ ਕੇ ਸੋਨਾ ਵੋਟੀ ਕਹਿੰਦੀ ਇੱਕ ਚਾਨੀ ਮੇਰੀ ਸੋਫੇ 'ਤੇ ਪਈ, ਅਤੇ ਬਾਕੀ ਮੇਰਾ ਉਹਦੇ 'ਚ ਢੋਆਂ 'ਚ ਹੀ ਸੋਨਾ। ਸਾਰੇ ਪੁਲਿਸ ਵਾਲੇ ਫੋੜ ਕੇ ਗਏ, ਕੋਈ ਸੋਨਾ ਸਾਨਾ ਨਹੀਂ ਲੱਭਾ। ਮੈਂ ਆਪਣੇ ਘਰ ਹੀ ਉੱਧਰ ਗਈ, ਦੁੱਧ ਲੈਣ ਗਈ, ਅਤੇ ਮੇਰੇ ਜਿਹੜੇ ਬੱਚੇ ਆ ਉਹ ਅੰਬਰਸਰ ਆ, ਉਹਦੇ ਸਕੋਟ ਵਿੱਚ ਆ, ਉਹਦੇ ਮੁੰਡਾ ਤਾਂ ਉੱਥੇ ਦਾਖਲਾ। ਜਦੋਂ ਮੈਂ ਆਣ ਕੇ ਵੇਖੀ ਆ, ਰਾਤ 11-12 ਵਜੇ ਹੋਈ ਆ, ਲਾਗੇ ਗੁਆਂਢਣ ਦੱਸੀ ਤੇ ਉਦੋਂ ਬੜਾ ਖੜਾਕ ਹੋਣ ਡਿਆ। ਮੈਂ ਆਪਣੇ ਘਰ ਸੁੱਤੀ ਸੀ ਉੱਧਰ। ਇਹ ਮੇਰੇ ਨੌਂ ਦਾ ਘਰ ਆ, ਵੱਖਰਾ ਸੀ। ਹਾਂਜੀ, ਚੋਰੀ 75,000 ਰੁਪਈਆ ਸੀ, ਅਤੇ ਸੋਨਾ ਸੀਗਾ 12-13 ਸੋਨੇ ਤੋਲੇ, ਅਤੇ ਕਹਿੰਦਾ LCD। ਬਾਕੀ ਹੁਣ ਮੈਨੂੰ ਨਹੀਂ ਪਤਾ, ਮੈਨੂੰ ਬੱਕਰੀ ਵਾੜੀ ਵੀ ਵੋਟੀ ਹੈ, ਕੀ ਹੈ ਕੀ ਨਹੀਂ ਹੈ ਉਹਦਾ। ਮੌਕੇ 'ਤੇ ਪੁਲਿਸ ਪਹੁੰਚੀ ਆ, ਪੁਲਿਸ ਵਾਲੇ ਵੇਖ ਕੇ ਗਏ, ਸਾਰੇ ਫੋਲ ਫਲਾਈ ਕਰਕੇ ਗਏ, ਉਹਨਾਂ ਨੂੰ ਕੋਈ ਸੋਨਾ ਸਾਨਾ ਨਹੀਂ ਲੱਭਾ। LCD ਵੀ ਵੇਖ ਗਏ ਆ, LCD ਵੀ ਲੈ ਗਏ ਆ। 75,000 ਰੁਪਇਆ ਤਾਂ ਮੈਂ ਰੱਖਿਆ ਇਹਨਾਂ ਲੋਕਲ 'ਚ, ਉਹਨਾਂ ਦੇ ਮਗਰੋਂ 24 ਦਿਨ ਹੋ ਗਏ ਉਹਨਾਂ ਨੂੰ ਗਿਆ ਨੂੰ। ਉਸ ਤੋਂ ਬਾਅਦ ਮੈਂ ਇੱਕ ਗਾਈ ਵੇਚੀ, ਅਤੇ 50,000 ਉਹਨੇ ਕਿਸੇ ਕੋਲ ਲੈਣਾ ਸੀ, ਉਹ ਮੈਨੂੰ ਦੇ ਗਿਆ, ਕਹਿੰਦਾ ਮੰਮੀ ਰੱਖ ਲਈ ਲੈ ਗਈ। ਉਹ ਮੈਂ 75,000 ਉਹ ਮੈਂ ਲੋਕਲ 'ਚ ਪਾ ਕੇ ਰੱਖਿਆ। ਕੁਛ ਵੀ ਨਹੀਂ, ਗੱਲ ਹੋ ਕੀ ਬੇਟਾ ਉਹਦੀ ਅਤੇ ਐਕਸੀਡੈਂਟ ਹੋਇਆ ਵੈ, ਅਤੇ ਉਹ ਹਸਪਤਾਲ ਪਿਆ, ਅੱਜ 25 ਦਿਨ ਹੋ ਗਏ, ਉਹਦਾ ਮਾਂ ਪਿਓ ਉੱਥੇ ਆ, ਅਤੇ ਦਾਦੀ ਆ ਆਪਣੇ ਉੱਧਰ ਘਰ ਸੁੱਤੀ, ਇੱਥੇ ਜਿੰਦੇ ਕੁੰਡੇ ਮਾਰੇ ਸੀ, ਇੱਥੇ ਘਰ ਕੋਈ ਨਹੀਂ ਸੌਂਦਾ, ਅਤੇ ਆਣ ਕੇ ਸਵੇਰੇ ਸਾਨੂੰ ਪਤਾ ਲੱਗਾ ਅਸੀਂ ਇੱਧਰ ਹਾਜ਼ਰ ਹੋਏ ਹਾਂ, ਆਣ ਕੇ ਤਾਂ ਅਸੀਂ ਦੇਖਿਆ ਵਾ, ਅਤੇ ਇੱਥੇ ਸਾਰੇ ਖਿਲਾਰਾ ਪਿਆ ਸੀ, ਅਤੇ ਸਾਨੂੰ ਇਹੋ ਹੀ ਇਨਸਾਫ ਦਿੱਤਾ ਜਾਏ ਵੀ ਚੋਰਾਂ ਨੂੰ ਨੱਥ ਪਾਈ ਜਾ। ਮਾਤਾ ਜੀ, ਕੀ ਚੋਰੀ ਹੋਇਆ ਤੁਹਾਨੂੰ? ਚੋਰੀ ਸੋਨਾ ਗਿਆ, ਪੈਸੇ ਗਏ, LCD ਗਈ, LED ਜਿਹੜੀ ਹੁੰਦੀ ਆ ਉਹ ਗਈ ਆ, ਅਤੇ ਬਾਕੀ ਹੋਰ ਤਾਂ ਪਤਾ ਨਹੀਂ ਸਾਨੂੰ ਵੀ। ਨੁਕਸਾਨ ਹੋਇਆ ਤੁਹਾਡੇ? ਨੁਕਸਾਨ ਆਪੇ ਹਿਸਾਬ ਲਾ ਲਓ ਤੁਸੀਂ, ਚਲੋ 6 ਲੱਖ ਦਾ ਲਾ ਲਓ, 6 ਲੱਖ ਦਾ ਨੁਕਸਾਨ ਹੋਇਆ, ਸੋਨਾ ਵੀ ਹੈਗਾ। ਪੁਲਿਸ ਪਹੁੰਚੀ ਮੌਕੇ 'ਤੇ? ਹਾਂਜੀ, ਪੁਲਿਸ ਨੂੰ ਮੰਗਾਈ, ਅਸੀਂ ਰਿਪੋਰਟ ਕੀਤੀ ਆ ਪੁਲਿਸ ਨੂੰ, ਪੁਲਿਸ ਆਈ ਮੌਕੇ ਆ ਗਈ ਮੌਕੇ 'ਤੇ। ਕੀ ਮੰਗ ਕਰਦੇ ਹੋ? ਮੰਗ ਅਸੀਂ ਇਹੋ ਕਰਦੇ ਹਾਂ ਵੀ ਚੋਰਾਂ ਨੂੰ ਨੱਥ ਪਾਈ ਜਾਵੇ, ਅਤੇ ਪਤਾ ਲੱਗ ਜਾਵੇ ਅੱਗੇ ਤੋਂ, ਤਾਂ ਸਾਨੂੰ ਸਾਫ਼ ਚਾਹੀਦਾ। ਉਹ ਤਾਂ ਬੇਟਾ ਅਤੇ ਨੌਂ ਹੱਡੀ ਉੱਥੇ ਬੈਠੇ ਆ, ਅਤੇ ਉਹ ਤਾਂ ਕੋਈ ਗੱਲ ਨਹੀਂ ਵੀ ਉਹਨਾਂ ਤਾਂ ਵਿਚਾਰਿਆਂ ਨੂੰ ਬਾਅਦ 'ਚ ਪਤਾ ਲੱਗਾ, ਅਤੇ ਬੱਚਾ ਵੈ ਬੋਲਦਾ ਨਹੀਂ, ਐਕਸੀਡੈਂਟ ਹੋਇਆ ਵੈ, ਸਾਨੂੰ ਤਾਂ ਉਹਦਾ ਬਰਾਗ ਵੀ, ਇਹ ਵੀ ਸਾਨੂੰ ਇਹ ਰੱਬ ਨੇ ਸੱਟ ਮਾਰ ਦੇਣੀ, ਚੋਰਾਂ ਨੇ ਮਾਰ ਦੇਣੀ ਰੱਬ ਨੇ।